ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਂ ਮੇਰਾ ਗੁਰਪ੍ਰੀਤ ਸਿੰਘ ਜੀ, ਪਿਤਾ ਦਾ ਨਾਂ ਸਰਦਾਰ ਕਰਨ ਸਿੰਘ, ਮੰਡ ਭੈਣੀ ਜੀ ਪੈਲੀ ਹੈ ਸਾਡੀ ਦਰਿਆ ਦੇ ਕੰਢੇ, ਡੇਰਾ ਰਾਹ ਸਮਾਮੀ ਵੇਖ ਲਓ ਤੁਹਾਡੇ ਸਾਹਮਣੇ, ਸਾਰੀ ਪੈਲੀ ਬਰਬਾਦ ਮੈਂ ਸਾਡੀ ਕਰੀ ਜਾਣ ਦਿਆ, ਗੁਰਿੰਦਰ ਸਿੰਘ ਢਿੱਲੋਂ। ਅਤੇ ਦੋ ਕਨਾਲ ਹਰ ਵਾਰ ਜੀ ਛੱਡੀ ਦੀ ਆ, ਮੇਰੀ ਸੁਰ ਦੇ ਵਿੱਚ 4 ਕਿੱਲੇ ਡਿੱਗ ਪਏ ਜੀ, ਹੁਣ ਹਰੇਕ ਸਾਲ ਮੈਂ ਪਛਾਣ ਤੁਰਿਆ ਉਹਨਾਂ ਪੈਲੀ ਵਿੱਚ ਡਿੱਗ ਪੈਂਦੀ ਆ, ਗੰਨਾ ਤੁਹਾਡੇ ਸਾਹਮਣੇ ਵੇਖ ਲਓ ਕਿੰਨਾ ਲੱਗਾ। ਅਤੇ ਦੋ ਕਨਾਲ ਹਰੇਕ ਵਾਰ ਮੈਂ ਗਾੜੀ ਰਾਹ ਛੱਡ ਦਈਦਾ, ਭਰਾ ਸਾਡੇ ਬਹੁਤੇ ਗਾੜੀ ਖੇਤੀ ਕਰਦੇ ਆ ਤਾਂ ਕਰਕੇ, ਅਤੇ ਕਿੱਲਾ ਮੇਰੇ ਹਿਸਾਬ ਨਾਲ ਗੰਨੇ ਦਾ ਡਿੱਗ ਪਿਆ ਜੀ ਵਿੱਚ, ਅਤੇ ਹੁਣ ਰਾਹ ਹੀ ਅਸੀਂ ਰਾਹ ਹੀ ਛੱਡ ਦਈਦਾ ਵੀ ਬਰਬਾਦੀ ਹੋਈ ਜਾਣਦੀ ਆ, ਕੀ ਕਰ ਸਕਦੇ ਜੀ ਅਸੀਂ। ਅਤੇ ਗੁਰਿੰਦਰ ਸਿੰਘ ਢਿੱਲੋਂ ਵੇਖ ਲਓ ਤੁਹਾਡੇ ਸਾਹਮਣੇ ਇੰਨਾ ਨੁਕਸਾਨ ਹੋਣ ਦਿਆ ਜੀ, ਡੇਰਾ ਰਾਹ ਸਵਾਮੀ ਦਾ ਬੇੜਾ ਬੈਠਾ ਜੀ, ਕੀ ਕਰ ਸਕਦੇ ਅਸੀਂ ਜੀ, ਮਹਾਤੜ ਬੰਦੇ ਹਾਂ ਜੀ, ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਵੀ ਸਾਡਾ ਭਲਾ ਹੋ ਸਕੇ, ਇਹੋ ਹੀ ਆ ਜੀ ਸਾਡੇ ਬੇਨਤੀ ਜੀ ਸਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਦੇਵ ਸਿੰਘ ਸਰਸਾ, ਸਮੂਹ ਸੰਸਾਰ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਅਸੀਂ ਇਸ ਟਾਈਮ ਦੇ ਉੱਤੇ ਦਰਿਆ ਬਿਆਸ ਦੇ ਖੱਬੇ ਪਾਸੇ ਖਲੋਤੇ ਹਾਂ, ਇਹ ਸਾਹਮਣੇ ਉਹ ਟੈਂਕੀ ਵੇਖ ਰਹੇ ਹੋ, ਉਹ ਸਭ ਟੈਂਕੀਆਂ ਦਿਸ ਰਹੀਆਂ ਨੇ, ਇਹ ਡੇਰਾ ਰਾਧਾ ਸਵਾਮੀ ਦੇ ਡੇਰੇ ਦੇ ਅੰਦਰ ਬਣੀਆਂ ਨੇ, ਉਹ ਸਾਹਮਣੇ ਜਿੱਥੇ ਸੰਘਣੇ ਦਰਖਤ ਨੇ ਉੱਥੇ ਜਿਹੜਾ ਉਹਨਾਂ ਨੇ ਨਜਾਇਜ਼ ਜਿਹੜਾ ਗੈਰ ਕਾਨੂੰਨੀ ਬੰਨ ਬਣਾਇਆ ਉਹ ਹੈ, ਅਤੇ ਉਹ ਬੰਨ ਤੋਂ ਅੱਗੇ ਅੱਗੇ ਆਹ ਜਿਸ ਤਰ੍ਹਾਂ ਸਰਕੰਡਾ ਹੈ ਅਤੇ ਇਹ ਸਾਰਾ ਕੁਝ ਹੈ, ਪਾਣੀ ਦਾ ਤੁਸੀਂ ਵੇਖ ਰਹੇ ਜੇ ਵੀ ਪਰਲੇ ਪਾਸੇ ਤੋਂ ਇਸ ਪਾਸੇ ਇਹ ਕਿੰਨਾ ਤੇਜ਼ ਵਹਾਅ ਜਿਹੜਾ ਪਾਣੀ ਦਾ ਇਹ ਚੱਲ ਰਿਹਾ ਹੈ। ਔਰ ਆਪਾਂ ਨੂੰ ਇਹ ਗੁਰਪ੍ਰੀਤ ਸਿੰਘ ਜੋ ਕਿ ਸਰਦਾਰ ਕਰਮ ਸਿੰਘ ਦਾ ਬੇਟਾ ਹੈ, ਪਿੰਡ ਭੈਣੀ ਮੰਡ ਦਾ ਰਹਿਣ ਵਾਲਾ ਹੈ, ਆਹ ਜ਼ਮੀਨ ਉਸੇ ਦੀ ਹੈ ਜਿੱਥੇ ਆਪਾਂ ਖਲੋਤੇ ਹੋਏ ਹਾਂ, ਔਰ ਉਹਦੇ ਦੱਸਣ ਦੇ ਮੁਤਾਬਕ ਇਹ ਹੈ ਕਿ 4 ਏਕੜ ਇਸ ਪਾਸੇ ਨੂੰ ਉਹਦੀ ਜ਼ਮੀਨ ਜਾਂਦੀ ਸੀ ਦਰਿਆ ਵਾਲੇ ਪਾਸੇ, ਜੋ ਕਿ ਇਹਦੀ ਸੁਰਤ ਦੇ ਵਿੱਚ ਹੀ 4 ਏਕੜ ਜ਼ਮੀਨ ਜਿਹੜੀ ਆ ਇਹਦੀ ਬਰਬਾਦ ਹੋ ਗਈ ਹੈ। ਔਰ ਆਹ ਗੰਨਾ ਤੁਸੀਂ ਵੇਖੋ ਕਿ ਕਿੰਨਾ ਸ਼ਾਨਦਾਰ ਗੰਨਾ ਹੈ, ਪਰ ਇਹ ਜ਼ਮੀਨ ਬੇਵਸੀ ਦੇ ਕਾਰਨ ਇਹਨਾਂ ਦੀ ਹਰ ਸਾਲ ਦਰਿਆ ਬੁਰਦ ਹੋ ਰਹੀ ਹੈ। ਅੱਜ ਅਸੀਂ ਸਰਦਾਰ ਅਮਰਜੀਤ ਸਿੰਘ SDO ਜੋ ਕਿ ਡਰੇਨੇਜ ਵਿਭਾਗ ਦੇ ਔਰ ਮੇਰੇ ਨਾਲ ਖਲੋਤੇ ਨੇ, ਇਹਨਾਂ ਇਹ ਇੱਥੇ ਆਏ ਨੇ ਮੌਕਾ ਵੇਖਣ ਵਾਸਤੇ, ਉਹਨਾਂ ਦੇ ਨਾਲ ਜਿਨ੍ਹਾਂ ਨੇ ਲਾਲ ਟੋਪੀ ਪਾਈ ਹੋਈ ਆ ਉਹ JEE ਨੇ, ਉਹਨਾਂ ਦੇ ਨਾਲ ਪਰਲੇ ਪਾਸੇ ਖੱਬੇ ਪਾਸੇ ਜਿਹੜੇ ਕਿ ਉਹ ਮੇਟ ਨੇ ਇੱਥੇ ਡਰੇਨੇਜ ਵਿਭਾਗ ਦੇ, ਇਹ ਵੀ ਸਾਡੇ ਨਾਲ ਇੱਥੇ ਆਏ ਹੋਏ ਨੇ। ਇਹ ਤੁਸੀਂ ਵੇਖ ਰਹੇ, ਇਹਨਾਂ ਨੂੰ ਅਸੀਂ ਮੌਕਾ ਵਿਖਾ ਰਹੇ ਹਾਂ ਕਿਉਂਕਿ ਮੇਰੇ ਵੱਲੋਂ ਜੋ ਕਿ ਕੇਸ ਹਾਈ ਕੋਰਟ ਦੇ ਵਿੱਚ ਕੀਤਾ ਹੋਇਆ ਹੈ ਕਿ ਡੇਰਾ ਰਾਧਾ ਸਵਾਮੀਆਂ ਵੱਲੋਂ ਗੈਰ ਕਾਨੂੰਨੀ ਬੰਨ ਬਣਾ ਕੇ ਜੋ 2005 ਦੇ ਵਿੱਚ ਇੱਥੋਂ ਦੇ ਲੋਕਾਂ ਨੇ ਰੌਲਾ ਪਾਇਆ, ਸੜਕਾਂ ਰੋਕੀਆਂ, ਉਸ ਟਾਈਮ ਦੇ ਉੱਤੇ ਜਿਹੜਾ ਸੀ SSP ਕਪੂਰਥਲਾ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇੱਕ ਪੱਤਰ ਲਿਖਿਆ, ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਰਕਾਰ ਨੂੰ ਲਿਖਿਆ, ਫਿਰ ਉਸ ਤੋਂ ਬਾਅਦ ਕਮੇਟੀਆਂ ਵੀ ਬਣੀਆਂ, ਉਹਨਾਂ ਨੇ ਜੋ ਰਿਪੋਰਟ ਤਿਆਰ ਕੀਤੀ ਸੀ ਉਸ ਦੇ ਮੁਤਾਬਕ 2403 ਏਕੜ ਜ਼ਮੀਨ 2005 ਦੇ ਵਿੱਚ ਇਹ ਦਰਿਆ ਬੁਰਦ ਹੋ ਚੁੱਕੀ ਹੈ। ਮੇਰੇ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਕਿ ਇਹ ਜ਼ਮੀਨ 2005 'ਚ ਤਾਂ 403 ਏਕੜ ਤਾਂ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਉਦੋਂ ਬਰਬਾਦ ਹੋ ਗਈ, ਉਸ ਤੋਂ ਬਾਅਦ ਹਜ਼ਾਰਾਂ ਏਕੜ ਜ਼ਮੀਨ ਹੋਰ ਬਰਬਾਦ ਹੋ ਗਈ ਆ। ਪਰ ਮੌਕੇ ਦਾ ਜਿਹੜਾ ਇਹ ਸਾਰੀ ਦੀ ਸਾਰੀ ਪੜਤਾਲ ਕੀਤੀ ਜਾਵੇ ਅਤੇ ਜਿਨ੍ਹਾਂ ਲੋਕਾਂ ਦੀ ਇਹ ਜ਼ਮੀਨ ਬਰਬਾਦ ਹੋਈ ਆ ਉਹਨਾਂ ਨੂੰ ਜਿਹੜਾ ਉਹ ਹਰ ਤਰ੍ਹਾਂ ਦਾ ਫਸਲਾਂ ਦੇ ਮੁਆਵਜ਼ੇ, ਜ਼ਮੀਨਾਂ ਦੀ ਕੀਮਤ, ਅਤੇ ਜੋ ਇਹ ਦਰਿਆ ਦੇ ਸੱਜੇ ਪਾਸੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੋ ਕਿ ਧਰਮ ਦਾ ਠੇਕੇਦਾਰ ਬਣਦਾ,
ਜਿਹਨੇ ਮਰਨ ਤੋਂ ਬਾਅਦ ਲੋਕਾਂ ਨੂੰ ਕਹਿੰਦਾ ਮੈਂ ਤੁਹਾਨੂੰ ਸਵਰਗ ਵਿਖਾਉਣਾ, ਉਹ ਜਿਉਂਦੇ ਲੋਕਾਂ ਦੀਆਂ ਕਿਸ ਤਰ੍ਹਾਂ ਸਿਰੰਜਾਂ ਦੇ ਨਾਲ ਖੂਨ ਕੱਢ ਕੇ ਅਤੇ ਉਹ ਖੂਨ ਪੀ ਰਿਹਾ ਇਸ ਮਗਰਮੱਛ ਨੂੰ ਨੱਥ ਪਾਉਣ ਵਾਸਤੇ ਜਿਹੜਾ ਉਹਨੇ ਨਜਾਇਜ਼ ਬੰਨ ਬਣਾਇਆ ਉਹ ਢਵਾਇਆ ਜਾਵੇ ਅਤੇ ਦਰਿਆ ਦੇ ਖੱਬੇ ਪਾਸੇ ਜਿਹੜਾ ਆ ਸਾਡਾ ਇੱਧਰ ਐਡਵਾਂਸ ਬੰਨ ਬਣਾਇਆ ਜਾਵੇ। ਇਹ ਅਸੀਂ ਅੱਜ ਆਪਣੇ ਬਿਆਨ ਵੀ ਦਿੱਤੇ ਨੇ SDO ਸਾਹਿਬ ਨੂੰ, ਔਰ ਇਸ ਇਲਾਕੇ ਦੇ ਲੋਕਾਂ ਦੀ ਇਹ ਮੰਗ ਹੈ ਕਿ ਸਾਡਾ ਇੱਥੇ ਸਪਰਾਂ ਨਾਲ ਜਾਂ ਸਟੱਡ ਬਣਾਉਣ ਦੇ ਨਾਲ ਸਾਡਾ ਹੱਲ ਨਹੀਂ ਹੋਣਾ, ਕਿਉਂਕਿ ਇਹ ਬਹੁਤ ਵੱਡੀ ਢਾਹ ਲੱਗੀ ਹੋਈ ਹੈ। ਜਿੰਨਾ ਚਿਰ ਉਹ ਬੰਨ ਉੱਥੋਂ ਚੁੱਕਿਆ ਨਹੀਂ ਜਾਂਦਾ, ਉਹਨੂੰ ਉੱਥੋਂ ਹਟਾਇਆ ਜਾਵੇ ਅਤੇ ਇਸ ਪਾਸੇ ਜਿਹੜਾ ਬੰਨ ਹੈ ਉਹ ਬਚਾਇਆ ਜਾਵੇ ਤਾਂ ਹੀ ਭਲਾ ਹੋ ਸਕਦਾ। ਔਰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਾਂਗਾ ਕਿ ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ, ਜੋ ਕਿ ਜਲੰਧਰ ਅੰਮ੍ਰਿਤਸਰ ਮੇਨ ਰੇਲਵੇ ਟਰੈਕ ਅਤੇ GT ਰੋਡ ਹੈ, ਜੋ ਜਨਰਲ ਰੋਡ ਹੈ, ਉਹਨੂੰ ਵੀ ਖਤਰਾ, ਕਿਉਂਕਿ ਇਹਨਾਂ ਨੇ ਦਰਿਆ ਦਾ ਵਹਾਅ ਤੁਸੀਂ ਵੇਖ ਰਹੇ ਹੋ ਕਿ ਇੱਧਰੋਂ ਆ ਰਿਹਾ ਅਤੇ ਇਹ ਇਸ ਪਾਸੇ ਨੂੰ ਪਾਣੀ ਜਾ ਰਿਹਾ, ਅਤੇ ਉਹਨਾਂ ਨੇ ਜਿਹੜਾ ਬੰਨ ਬਣਾਇਆ ਉਸ ਬੰਨ ਬਣਾਉਣ ਦੇ ਕਾਰਨ ਜੋ ਦਰਿਆ ਦਾ ਪੁਲ ਮੌਕੇ ਦੇ ਉੱਤੇ ਬਣਿਆ ਹੋਇਆ ਉਹ ਪਾਣੀ ਘੁੰਮ ਕੇ ਦਰਿਆ ਦੇ ਜਿਹੜਾ ਦਰਿਆ ਦਾ ਪਾਣੀ ਆ ਪੁਲ ਘੁੰਮ ਕੇ ਅਤੇ ਜਿਹੜਾ ਉਹ ਪੁਲ ਦੇ ਥੱਲੇ ਜਾ ਰਿਹਾ, ਅਤੇ ਜੇ ਖੁਦਾ ਰਖਾਸਤਾ ਜਿਸ ਤਰ੍ਹਾਂ ਇਸ ਵਾਰੀ ਸਤਲੁਜ ਦੇ ਵਿੱਚ ਪਾਣੀ ਆਇਆ ਅਤੇ ਜੇ ਇਹਦੇ ਵਿੱਚ ਵੀ ਪਾਣੀ ਆ ਜਾਂਦਾ ਤਾਂ ਆਹ ਜ਼ਮੀਨਾਂ ਸਾਡੀਆਂ ਅੱਜ ਨਹੀਂ ਸੀ ਬਚਣੀਆਂ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਕਿ ਇਸ ਵਾਰੀ ਜੋ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਇੰਨਾ ਜ਼ਿਆਦਾ, ਉਹ ਡੇਰਾ ਰਾਧਾ ਸਵਾਮੀ ਨੇ ਆਪਣਾ ਰਸੂਖ ਵਰਤ ਕੇ ਡਰੇਨੇ ਭਾਗ ਅਤੇ ਜਿਹੜਾ ਪਹਾੜਾ ਡੈਮ ਸਾਰਿਆਂ ਦੇ ਨਾਲ ਮਿਲੀ ਭੁੱਖ ਦੇ ਰਾਹੀਂ ਜਿਹੜਾ ਸੀ ਉਹ ਪਾਣੀ ਸਾਰੇ ਦਾ ਸਾਰਾ ਸਤਲੁਜ ਵਿੱਚ ਛੱਡਿਆ ਗਿਆ। ਜੇ ਪਾਣੀ ਵੰਡਵਾ ਆਉਂਦਾ ਬਿਆਸ ਵਿੱਚ ਵੀ ਆਉਂਦਾ ਤਾਂ ਜੋ ਸਤਲੁਜ ਦੀ ਇਲਾਕੇ ਦਰਿਆ ਨੇ ਉਸ ਇਲਾਕੇ ਦੀ ਬਰਬਾਦੀ ਕੀਤੀ ਆ, ਇੰਨੀ ਬਰਬਾਦੀ ਨਹੀਂ ਸੀ ਹੋਣੀ। ਪਰ ਅਫਸੋਸ ਕਿ ਸਮੂਹ ਲੋਕਾਂ ਨੇ ਜੋ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਉਹਦੇ ਮੁਤਾਬਕ ਇਹੀ ਹੈ ਕਿ ਦਰਿਆ ਦੇ ਵਿੱਚ ਜੇ ਬਿਆਸ ਦੇ ਵਿੱਚ ਪਾਣੀ ਛੱਡਦੇ ਸੀ ਤਾਂ ਉਹ ਢਾਹ ਬੜੀ ਲੱਗਣੀ ਸੀ ਅਤੇ ਆਹ ਜ਼ਮੀਨਾਂ ਜਿਹੜੀਆਂ ਸੀ ਬਰਬਾਦ ਹੋ ਜਾਣੀਆਂ ਸੀ। ਜੋ ਸਾਡੇ ਵੱਲੋਂ ਹਾਈ ਕੋਰਟ 'ਚ ਕੇਸ ਪਾਇਆ ਔਰ 22/7 ਨੂੰ ਜੋ ਆਰਡਰ ਹੋਏ ਨੇ ਉਹਨਾਂ ਦੇ ਮੁਤਾਬਕ ਇਹਦੀ ਜਿਹੜੀ ਆ ਪੜਤਾਲ ਹੋ ਰਹੀ ਹੈ, ਜੋ ਕਿ ਮਹਿਕਮਾ ਅੱਜ ਕਰ ਵੀ ਰਿਹਾ, ਇਸੇ ਵਾਸਤੇ ਇਹ ਆਏ ਹੋਏ ਨੇ। ਸੋ ਇਹ ਜਿਹੜੀ ਰਿਪੋਰਟ ਹੈ ਉਹਨਾਂ ਦੇ ਖਿਲਾਫ ਜਾਣੀ ਸੀ। ਇਹਦੇ ਨਾਲ ਡੇਰਾ ਰਾਧਾ ਸਵਾਮੀ ਦਾ ਅਸਲ ਚਿਹਰਾ ਜਿਹੜਾ ਵੈਸੇ ਤਾਂ ਅਸੀਂ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ, ਪਰ ਫਿਰ ਇਹ ਡਰੇਨੇਜ ਭਾਗ ਨੂੰ ਵੀ ਲਿਖਣ ਵਾਸਤੇ ਮਜਬੂਰ ਹੋਣਾ ਪੈਣਾ ਸੀ। ਜਿਸ ਤਰ੍ਹਾਂ 2005 ਦੇ ਵਿੱਚ ਇਹਨਾਂ ਨੇ ਰਿਪੋਰਟਾਂ ਦਿੱਤੀਆਂ ਨੇ ਕਿ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਜੋ ਡਰਿਆ ਦੇ ਸੱਜੇ ਪਾਸੇ ਬੰਨ ਬਣਾਇਆ ਗਿਆ ਉਹਦੇ ਕਾਰਨ ਹੀ ਇੱਧਰ ਢਾਹ ਲੱਗੀ ਹੈ, ਅਤੇ ਜਿਹੜੀ ਜ਼ਮੀਨ ਜਿੰਨੀ ਵੀ ਹੁਣ ਤੱਕ ਰੁੜੀ ਹੈ, ਪਹਿਲਾਂ ਰੁੜੀ 2005 ਤੱਕ, ਹੁਣ ਜਿਹੜੀ ਰੁੜ ਰਹੀ ਹੈ ਸਾਰੀ ਉਹਦੇ ਕਾਰਨ ਰੁੜ ਰਹੀ ਹੈ, ਅਤੇ ਉਹ ਸਾਰੀ ਦੀ ਸਾਰੀ ਪੁਸ਼ਟੀ ਇਹਨਾਂ ਨੂੰ ਦੁਬਾਰਾ ਕਰਨੀ ਪੈਣੀ ਸੀ, ਜਿਸ ਕਰਕੇ ਡੇਰੇ ਨੇ ਆਪਣਾ ਰਸੂਖ ਵਰਤ ਕੇ ਉਹ ਸਾਰਾ ਪਾਣੀ ਜਿਹੜਾ ਸਤਲੁਜ ਕਰਤਾ, ਅਤੇ ਸਤਲੁਜ ਦੇ ਵਿੱਚ ਜਿਹੜੀ ਆ ਉਹ ਪੰਜਾਬ ਦੀ ਜਿਹੜੀ ਸਤਲੁਜ ਦਰਿਆ ਨੇ ਪੰਜਾਬ ਦੇ ਲੋਕਾਂ ਦੀ ਜੋ ਬਰਬਾਦੀ ਕੀਤੀ ਆ ਉਹ ਦੱਸਣ ਦੀ ਗੱਲ ਨਹੀਂ, ਕਿਉਂਕਿ ਸਭ ਲੋਕਾਂ ਨੇ ਜਿਨ੍ਹਾਂ ਨੇ ਸੰਤਾਪ ਪੰਡਾਇਆ, ਅਜੇ ਵੀ ਲੋਕ ਕੋਠਿਆਂ 'ਤੇ ਬੈਠੇ ਨੇ, ਭੁੱਖੇ ਭਾਣੇ ਬੈਠੇ ਆ, ਪਾਣੀ ਅਜੇ ਨਿਕਲ ਰਿਹਾ, ਕਿਸ ਤਰ੍ਹਾਂ ਲੋਕ ਆਪਣੇ ਤੌਰ 'ਤੇ ਬੰਨ ਬਣ ਰਹੇ ਨੇ, ਸਰਕਾਰਾਂ ਆਪਣੀ ਪਿੱਠ ਤਪ ਪਾ ਰਹੀਆਂ ਨੇ, ਪ੍ਰਸ਼ਾਸਨ ਆਪਣੀ ਪਿੱਠ ਤਪ ਪਾ ਰਿਹਾ, ਪਰ ਜਿਹੜਾ ਪ੍ਰਸ਼ਾਸਨ ਅੱਜ ਸਤਲੁਜ 'ਤੇ ਕਹਿ ਰਿਹਾ ਕਿ ਅਸੀਂ ਆਹ ਕੰਮ ਕਰ ਰਹੇ ਹਾਂ ਉਸ ਪ੍ਰਸ਼ਾਸਨ ਤੋਂ ਅਤੇ ਡਰੇਨੇਜ ਵਿਭਾਗ ਤੋਂ ਜਿਹਦੇ ਕਿ ਅੱਜ SDO ਸਾਹਿਬ ਵੀ ਆਏ ਨੇ, ਅੱਜ JEE ਵੀ ਆਇਆ, ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਹੁਣ ਤੱਕ 2005 ਤੋਂ ਲੈ ਕੇ ਇਸ ਜੋ ਢਿੱਲਵਾਂ ਮੰਡ ਬਤਾਲਾ ਚੱਕੋ ਕੀ ਭੈਣੀ ਪਿੰਡ ਜਿੱਥੇ ਆਪਾਂ ਖਲੋਤੇ ਹਾਂ, ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਡਰੇਨੇਜ ਵਿਭਾਗ ਵਾਲਿਓ ਤੁਸੀਂ
ਕੀ ਕੀਤਾ ਜਰਾ ਦੱਸੋ ਤਾਂ ਸਹੀ। ਪਰ ਅਫਸੋਸ ਕਿ ਇਹਨਾਂ ਲੋਕਾਂ ਗਰੀਬ ਲੋਕਾਂ ਦੀ ਇਹ ਜਿਨ੍ਹਾਂ ਦਾ ਖੂਨ ਸਿਰੰਜਾਂ ਨਾਲ ਆ ਕੇ ਇਹ ਡੇਰਾ ਰਾਧਾ ਸਵਾਮੀ ਪੀ ਰਿਹਾ, ਇਹਨਾਂ ਦੀ ਗੱਲ ਸਾਨੂੰ ਆ ਕੋਈ ਨਹੀਂ, ਸਾਰੇ ਉਹਦਾ ਪੱਖ ਪੂਰ ਰਹੇ ਨੇ। ਸੋ ਤੁਸੀਂ ਸੁਣਿਆ ਗੁਰਪ੍ਰੀਤ ਤੋਂ ਉਹਦਾ ਦੁੱਖ, ਆਪਣੀ ਜ਼ਬਾਨੀ ਉਹਦੀ ਸੁਣਿਆ ਤੁਸੀਂ ਵੀ ਇਹਨਾਂ ਨਾਲ ਕੀ ਵਾਪਰ ਰਹੀ ਆ। ਸੋ ਮੈਂ ਸੰਸਾਰ ਦੇ ਸਮੂਹ ਲੋਕਾਂ ਨੂੰ ਇੱਕ ਅਪੀਲ ਕਰਦਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਮਗਰਮੱਛ ਨੂੰ ਨੱਥ ਪਾਈ ਜਾਵੇ, ਤੇ ਜਿਸ ਤਰ੍ਹਾਂ ਅਸੀਂ ਹਾਈ ਕੋਰਟ 'ਚ ਪਹਿਲਾਂ ਕੇਸ ਕੀਤਾ, ਇਸ ਤੋਂ ਅੱਗੇ ਅਸੀਂ ਹੋਰ ਵੀ ਕਰਨੇ ਆ, ਤੇ ਫਿਰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸਾਡਾ ਸਹਿਯੋਗ ਦਿਓ। ਔਰ ਇੱਕ ਕਿਰਪਾ ਹੋਰ ਕਰੋ ਕਿ ਤੁਸੀਂ ਇੱਥੇ ਮੌਕਾ ਆ ਕੇ ਵੇਖੋ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਮੌਕਾ ਵੇਖੋ, ਫਿਰ ਤੁਹਾਨੂੰ ਪਤਾ ਲੱਗੇਗਾ। ਔਰ ਜਿਹੜੇ ਡੇਰੇ ਦੇ ਉਪਾਸ਼ਕ ਜਿਹੜੇ ਮੈਨੂੰ ਬਹੁਤ ਮਾੜਾ ਚੰਗਾ ਬੋਲ ਰਹੇ ਨੇ, ਜਿਹੜੇ ਮੈਨੂੰ ਕਹਿ ਰਹੇ ਨੇ ਕਿ ਤੇਰੀਆਂ ਡਾਂਗਾਂ ਨਾਲ ਲੱਤਾਂ ਭਰੀਆਂ ਜਾਣਗੀਆਂ, ਜਿਹੜੇ ਕਹਿ ਰਹੇ ਨੇ ਕਿ ਤੈਨੂੰ ਗੋਲੀ ਨਾਲ ਉਡਾ ਦਿੱਤਾ ਜਾਊਗਾ, ਜਿਹੜੇ ਮੈਨੂੰ ਕਹਿ ਰਹੇ ਨੇ ਕਿ ਤੇਰੇ 'ਤੇ ਐਸੇ ਕੇਸ ਦਰਜ ਕਰਾਏ ਜਾਣਗੇ, ਅਸੀਂ RSS ਤੋਂ ਕੇਸ ਦਰਜ ਕਰਾ ਦਾਂਗੇ, ਅਸੀਂ ਫਲਾਣੇ ਤੋਂ ਕੇਸ ਦਰਜ ਕਰਾ ਦਾਂਗੇ, ਤੂੰ ਡੇਰੇ ਵਾਲਿਆਂ ਦੇ ਧਰਮੀ ਲੋਕਾਂ ਦੇ ਖਿਲਾਫ਼ ਬੋਲਦਾ, ਤੇਰੇ ਖਿਲਾਫ਼ ਅਸੀਂ ਐਸੇ ਕੇਸ ਰਜਿਸਟਰਡ ਕਰਾਵਾਂਗੇ ਕਿ ਤੇਰੀ ਜ਼ਮਾਨਤ ਨਹੀਂ ਹੋਏਗੀ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਥੇ ਤਾਂ ਆਓ, ਇੱਕ ਵਾਰ ਵੇਖੋ ਤਾਂ ਸਹੀ ਕਿ ਬਲਦੇਵ ਸਿੰਘ ਸਰਸਾ ਆਪਣੀ ਟੀਮ ਦੇ ਨਾਲ ਉਹ ਕਿਸ ਤਰ੍ਹਾਂ ਇਹਨਾਂ ਲੋਕਾਂ ਦੀ ਜਿਹੜੀ ਆ ਆਵਾਜ਼ ਦੁਨੀਆਂ ਦੇ ਲੋਕਾਂ ਤੱਕ ਪਹੁੰਚਾ ਰਿਹਾ। ਜਰਾ ਆ ਕੇ ਵੇਖੋ ਤਾਂ ਸਹੀ ਜਿਹਨੂੰ ਤੁਸੀਂ ਧਰਮੀ ਕਹਿੰਦੇ ਹੋ। ਜੇਕਰ ਧਰਮੀ ਲੋਕਾਂ ਦੀ ਇਹ ਪਹਿਚਾਣ ਹੈ, ਉਹਨਾਂ ਦਾ ਇਹ ਕੰਮ ਹੈ ਕਿ ਲੋਕਾਂ ਦੇ ਦੋ ਦੋ ਮਰਲੇ ਜ਼ਮੀਨ, ਆਹ ਬੈਠ ਖਲੋਤਾ ਜੇ ਜਗੀਰ ਸਿੰਘ ਉਹਦੇ ਦੋ ਦੋ ਮਰਲੇ, ਆਹ ਜਿਹਦੇ ਹੱਥ ਕੱਟੇ ਨੇ ਇਹਦੀ ਜ਼ਮੀਨ, ਇਹਨਾਂ ਲੋਕਾਂ ਦੀਆਂ ਜ਼ਮੀਨਾਂ 'ਤੇ ਜ਼ਬਰਦਸਤੀ ਕਬਜ਼ੇ ਕੀਤੇ ਨੇ, ਆਹ ਜਿਹਨਾਂ ਦੀ 2.5 ਏਕੜ ਜ਼ਮੀਨ ਹੈ ਇਹਨਾਂ ਦੀ 2.5 ਏਕੜ ਜ਼ਮੀਨ 'ਤੇ ਕਬਜ਼ਾ ਕੀਤਾ ਹੈ, ਆਹ ਜਿਹੜਾ ਜੇ ਬਲਦੇਵ ਸਿੰਘ ਢਿੱਲਵਾਂ ਦਾ ਇਹਨਾਂ ਦੀ ਜ਼ਮੀਨ 'ਤੇ ਕਬਜ਼ਾ, ਔਰ ਜ਼ਮੀਨ ਇਹਦੀ ਕਿੱਥੇ ਆ ਜਿੱਥੇ ਉਹਨਾਂ ਨੇ ਪੰਡਾਲ ਬਣਾਇਆ ਆਪਣਾ, ਉੱਥੇ ਆ। ਇਸੇ ਤਰ੍ਹਾਂ ਇਹਨਾਂ ਦੀ ਜ਼ਮੀਨ ਵੀ ਹੈ, ਇਹਨਾਂ ਦੀ ਜ਼ਮੀਨ 'ਤੇ ਵੀ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ। ਆਹ ਮੱਖਣ ਸਿੰਘ ਜੋ ਕਿ ਮੱਢ ਬਤਾਲੇ ਦੇ ਜਿਹੜੇ ਕਿ 2012 ਤੋਂ ਮੇਰੇ ਨਾਲ ਚੱਲ ਰਹੇ ਨੇ, ਇਹਨਾਂ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕੀਤੇ ਨੇ। ਅਤੇ ਜੇਕਰ ਧਰਮੀ ਲੋਕਾਂ ਦਾ ਇਹ ਕੰਮ ਹੈ ਲੋਕਾਂ ਦੀਆਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕਰਨੇ, ਦਰਿਆ ਦੇ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਡਾ ਕੇ ਕੁਦਰਤੀ ਦਰਿਆ ਦਾ ਜਿਹੜਾ ਵਹਾਅ ਹੈ ਉਹਨੂੰ ਬਦਲਣਾ ਜੇ ਧਰਮੀ ਲੋਕਾਂ ਦਾ ਕੰਮ ਹੈ, ਤਾਂ ਫਿਰ ਮੈਨੂੰ ਇਹ ਦੱਸਿਆ ਜਾਵੇ ਕਿ ਜਿਹੜੇ ਅਧਰਮੀ ਨੇ ਜਿਹੜੇ ਗੁੰਡੇ ਨੇ ਉਹਨਾਂ ਦੀ ਫਿਰ ਪਹਿਚਾਣ ਕੀ ਹੋਵੇਗੀ। ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਗੁਰਿੰਦਰ ਸਿੰਘ ਢਿੱਲੋਂ ਉਹ ਧਾਰਮਿਕ ਮੁਖੀ ਨਹੀਂ, ਉਹ ਜ਼ਮੀਨ ਮਾਫੀਆ ਦਾ ਮੁਖੀ ਹੈ। ਇਹ ਮੇਰਾ ਚੈਲੰਜ ਹੈ, ਅਤੇ ਜੇ ਮੇਰਾ ਚੈਲੰਜ ਉਹਨੂੰ ਕਬੂਲ ਹੈ ਤਾਂ ਫਿਰ ਉਹ ਮੇਰੇ ਨਾਲ ਕਿਸੇ ਵੀ TV ਚੈਨਲ ਦੇ ਉੱਤੇ ਬੈਠ ਜਾਵੇ। ਸਵਾਲ ਉਹ ਕਰੇ, ਜਵਾਬ ਮੈਂ ਦੇਵਾਂਗਾ। ਮੈਂ ਸਵਾਲ ਕਰਾਂ, ਜਵਾਬ ਉਹ ਦੇਵੇ। ਔਰ ਆਹ ਜਿਹੜੇ ਪ੍ਰਸ਼ਾਸਨ ਅਧਿਕਾਰੀ ਆਏ ਨੇ ਇਹਨਾਂ ਤੋਂ ਵੀ ਪੁੱਛ ਲਓ ਵੀ ਤੁਸੀਂ ਕੀ ਵੇਖਿਆ, ਕੀ ਵੇਖਣਾ ਜਾਇਜ਼ ਅਤੇ ਕੀ ਰਿਪੋਰਟ ਕਰੋਗੇ, ਇਹਨਾਂ ਤੋਂ ਵੀ ਪੁੱਛ ਲਓ। ਸਰਦਾਰ ਅਮਰਜੀਤ ਸਿੰਘ ਜੀ SDO ਜੋ ਕਿ ਡਰੇਨੇਜ ਵਿਭਾਗ ਦੇ ਆਏ ਨੇ ਇਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਮੋਕਾ ਦਰਿਆ ਬਿਆਸ ਦਾ ਦੇਖਿਆ ਗਿਆ, ਇਹਦੇ ਬਾਰੇ ਜੋ ਵੀ ਪੁਰਾਣਾ ਰਿਕਾਰਡ ਦੇਖ ਕੇ ਸਾਰਾ ਦਫ਼ਤਰ ਵਿੱਚੋਂ ਜੋ ਵੀ ਹੈਗੀ ਰਿਪੋਰਟ ਉਹ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਜੀ। ਅਸੀਂ ਵੀ ਅੱਜ ਮੌਕਾ ਦੇਖਿਆ SDO ਸਾਹਿਬ ਦੇ ਨਾਲ, ਅਤੇ ਇੱਥੇ ਜੋ ਵੀ ਬਣਦੀ ਹੈ ਉਹ ਆਪਾਂ ਡਾਕੂਮੈਂਟਸ ਪੜਤਾਲ ਕਰਕੇ ਜੋ ਵੀ ਸਟੱਡੀ ਪਰ ਦੀ ਰਿਕੁਆਇਰਮੈਂਟ ਹੈ ਉਹ ਅੱਗੇ ਆਪਾਂ ਕਰਾਂਗੇ। ਤੁਸੀਂ ਮੌਕੇ ਦੀ ਗੱਲ ਨਹੀਂ ਕੀਤੀ।